ਹੈਲੋ ਮਾਈ ਡੀਅਰ ਆਇਲ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ 16 March 2024 ਦਾ ਟੇਬਲ ਚਾਰਟ ਜੋ ਕਿ ਆਇਆ ਸੀ ਰੀਅਲ ਐਗਜ਼ਾਮ ਦੇ ਵਿੱਚ। ਹਾਂਜੀ, ਟਾਸਕ ਕੀ ਆਇਆ ਸੀ ਆਪਣੇ ਕੋਲ, ਸੈਕੰਡਰੀ ਹਾਈ ਸਕੂਲ ਦੀ ਟੀਚਰ ਸੈਲਰੀਜ਼ ਦੱਸੀ ਹੋਈ ਹੈ ਕਿ ਟੀਚਰ ਦੀ ਸੈਲਰੀ ਕਿੰਨੀ ਸੀ ਹਾਈ ਸਕੂਲ ਦੇ ਵਿੱਚ, ਸੈਕੰਡਰੀ ਸਕੂਲ ਦੇ ਵਿੱਚ 2009 ਦੇ ਵਿੱਚ। ਠੀਕ ਹੈ, ਆਪਣੇ ਕੋਲ ਕੰਟਰੀ ਦਾ ਨੇਮ ਦੱਸਿਆ ਹੋਇਆ ਵੈ, ਆਸਟ੍ਰੇਲੀਆ, ਡੈਨਮਾਰਕ, ਲਗਜ਼ਮਬਰਗ, ਕੋਰੀਆ ਐਂਡ ਜਪਾਨ, ਟੋਟਲ 5 ਕੰਟਰੀਜ਼ ਹੈ। ਮੈਂ ਕੱਲ੍ਹ ਹੀ ਇਹ ਟਾਸਕ ਆਪਣੀ ਕਲਾਸ ਦੇ ਵਿੱਚ ਕਰਵਾਇਆ ਵੈ ਸਟੂਡੈਂਟਸ ਨੂੰ ਰਿਵੀਜ਼ਨ। ਸਟਾਰਟਿੰਗ ਸੈਲਰੀ ਕਿੰਨੀ ਸੀ ਆਸਟ੍ਰੇਲੀਆ ਦੇ ਵਿੱਚ ਟੀਚਰ ਦੀ? 34,600, 47,000 ਡੈਨਮਾਰਕ ਦੇ ਵਿੱਚ, ਲਗਜ਼ਮਬਰਗ ਦੇ ਵਿੱਚ 80,000, ਮਤਲਬ ਆਹ ਸਟਾਰਟਿੰਗ ਸੈਲਰੀ ਦਿੱਤੀ ਹੋਈ ਸੀ। 15 ਸਾਲ ਦੇ ਬਾਅਦ ਸੈਲਰੀ ਕਿੰਨੀ ਹੋ ਗਈ ਟੀਚਰਸ ਦੀ ਉਹ ਦੱਸੀ ਹੋਈ ਹੈ। ਮੈਕਸੀਮਮ ਸੈਲਰੀ ਮਤਲਬ ਲਿਮਿਟ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਸੀ ਉਹ ਦੱਸੀ ਹੋਈ ਹੈ, ਅਤੇ ਕਿੰਨੇ ਸਾਲ ਲੱਗ ਗਏ ਉਹਨਾਂ ਨੂੰ ਟੋਪ ਸੈਲਰੀ ਤੱਕ ਪਹੁੰਚਣ ਦੇ ਵਿੱਚ। ਮਤਲਬ ਕਿ ਆਸਟ੍ਰੇਲੀਆ ਦੇ ਵਿੱਚ 9 ਸਾਲ ਲੱਗ ਗਏ ਟੋਪ ਸੈਲਰੀ, ਜ਼ਿਆਦਾ ਸੈਲਰੀ ਹੋਣ ਦੇ ਵਿੱਚ। ਡੈਨਮਾਰਕ ਦੇ ਵਿੱਚ 8 ਸਾਲ ਲੱਗ ਗਏ ਸੈਲਰੀ ਇਨਕਰੀਜ਼ ਹੋਣ ਦੇ ਵਿੱਚ। ਠੀਕ ਹੈ, ਇਹ ਸੀ ਮਤਲਬ ਕਿ ਟੇਬਲ, ਬਹੁਤ ਜ਼ਿਆਦਾ ਈਜ਼ੀ ਸੀ। ਦੇਖੋ ਆਪਾਂ ਇਹਦਾ ਸੈਂਪਲ ਆਨਸਰ ਕਿਵੇਂ ਤਿਆਰ ਕਰ ਸਕਦੇ ਸੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਈਲੈਟਸ ਵਿਦ ਸੋਫੀਆ, ਬਿਕੋਜ਼ ਅੱਜ ਹੀ 16 March 2024 ਦਾ ਜੋ ਰੀਅਲ ਐਗਜ਼ਾਮ ਦੇ ਵਿੱਚ ਟਾਸਕ 2 ਆਇਆ ਸੀ ਉਹਦੀ ਵੀਡੀਓ ਵੀ ਅਪਲੋਡ ਹੋਣੀ ਹੈ। ਠੀਕ ਹੈ, ਉਹਦੀ ਵੀਡੀਓ ਵੀ ਅਪਲੋਡ ਹੋਣੀ ਹੈ, ਉਹਦਾ ਸੈਂਪਲ ਆਨਸਰ ਵੀ ਤੁਹਾਡੇ ਨਾਲ ਸ਼ੇਅਰ ਹੋਣਾ ਵੈ। ਸੋ ਮਸਟ ਸਬਸਕ੍ਰਾਈਬ ਆਈਲੈਟਸ ਵਿਦ ਸੋਫੀਆ, ਆਈਲੈਟਸ ਵਿਦ ਸੋਫੀਆ ਚੈਨਲ ਨੂੰ। ਤੁਹਾਡੇ ਸਾਥ ਦੀ, ਤੁਹਾਡੇ ਸਪੋਰਟ ਦੀ, ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਸਬਸਕ੍ਰਾਈਬ ਕਰ ਦਿਆ ਕਰੋ, ਵੀਡੀਓ ਨੂੰ ਲਾਈਕ ਕਰ ਦਿਆ ਕਰੋ। ਇੱਕ ਲਾਈਕ ਕਰਨ ਦੇ ਨਾਲ ਤੁਹਾਡਾ ਕੁਝ ਵੀ ਨਹੀਂ ਜਾਂਦਾ, ਬਲਕਿ ਤੁਸੀਂ ਮੇਰਾ ਸਾਥ ਹੀ ਦੇ ਰਹੇ ਹੋ ਘਰ ਬੈਠ ਕੇ। ਦਾ ਟੇਬਲ ਰਿਵੀਲ ਕਰਦਾ ਪਿਆ, ਟੇਬਲ ਹੈ ਨਾ, ਜਦੋਂ ਤੁਸੀਂ ਟੇਬਲ ਲਿਖਣਾ ਤਾਂ ਠੀਕ ਹੈ, ਅਗਰ ਤੁਸੀਂ ਟੈਬੂਲਰ ਚਾਰਟ ਲਿਖਣਾ ਹੈ, ਫਿਰ ਅਗਰ ਤੁਹਾਡਾ ਚਾਰਟ ਲਿਖਣ 'ਤੇ ਮਨ ਹੈ ਫਿਰ ਨਾਲ ਟੈਬੂਲਰ ਆਏਗਾ, ਟੇਬਲ ਦੇ ਨਾਲ ਚਾਰਟ ਨਹੀਂ ਆਉਣਾ। ਮਤਲਬ ਕਿ ਇਕੱਲਾ ਟੇਬਲ ਜਾਂ ਫਿਰ ਟੈਬੂਲਰ ਚਾਰਟ ਰਿਵੀਲ ਕਰਦਾ ਪਿਆ, ਰਿਵੀਲ ਦੇ ਨਾਲ ਐਸ ਆਏਗੀ ਕਿਉਂਕਿ ਟੇਬਲ ਜਾਂ ਟੈਬੂਲਰ ਚਾਰਟ ਇਹ ਸਿੰਗੂਲਰ ਹੈ। ਠੀਕ ਹੈ, ਦਾ ਨੰਬਰ ਆਫ ਸੈਲਰੀਜ਼, ਉਹਨਾਂ ਨੇ ਸੈਲਰੀਜ਼ ਦੱਸੀਆਂ ਨਾ, ਸਾਰੀ ਸੈਲਰੀ ਆ ਓਵਰਆਲ। ਠੀਕ ਹੈ, ਸਾਰੀ ਸੈਲਰੀਜ਼ ਦੱਸੀਆਂ ਕਿ ਇਹਦੀ ਸਕੂਲ ਟੀਚਰ ਸੀ ਇਨ ਡਿਫਰੈਂਟ 5 ਕੰਟਰੀਜ਼, ਕਿਹੜੇ ਕਿਹੜੇ ਕੰਟਰੀਜ਼ ਹੈ, ਵਿਚ ਵਰ ਵਰ ਮਤਲਬ ਕਿਉਂਕਿ 5 ਕੰਟਰੀਜ਼ ਜ਼ਿਆਦਾ ਵੈ ਨਾ, ਇਸ ਕਰਕੇ ਵਰ ਲੱਗਾ ਆਪਣੇ ਕੋਲ, ਲਾਈਕ ਆਸਟ੍ਰੇਲੀਆ, ਡੈਨਮਾਰਕ, ਲਗਜ਼ਮਬਰਗ, ਕੋਰੀਆ ਐਂਡ ਜਪਾਨ। ਸਮਝ ਲੱਗ ਗਈ, ਹੁਣ ਆਪਾਂ ਕਰਦੇ ਹਾਂ ਓਵਰਆਲ। ਬਹੁਤ ਬੱਚੇ ਕਹਿੰਦੇ ਆ ਕਿ ਓਵਰਆਲ ਅਸੀਂ ਸੈਕਿੰਡ ਨੰਬਰ 'ਤੇ ਲਿਖਿਆ ਜਾਂ ਲਾਸਟ ਨੰਬਰ 'ਤੇ ਲਿਖਿਆ, ਇਹਦੀ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਸਟੂਡੈਂਟਸ ਨੂੰ। ਬਟ ਮੈਂ ਤੁਹਾਨੂੰ ਇਹ ਕਹਾਂਗੀ ਕਿ ਤੁਹਾਨੂੰ ਓਵਰਆਲ ਹਮੇਸ਼ਾ ਫਰੰਟ 'ਤੇ ਲਿਖਣਾ, ਮਤਲਬ ਸੈਕਿੰਡ ਨੰਬਰ 'ਤੇ ਲਿਖਣਾ ਚਾਹੀਦਾ ਵੈ, ਬਿਕੋਜ਼ ਕਈ ਵਾਰੀ ਇੱਦਾਂ ਹੁੰਦਾ ਵੈ ਕਿ ਇੰਟਰੋ ਅਤੇ ਓਵਰਆਲ ਚੈੱਕ ਕਰਕੇ ਹੀ ਤੁਹਾਡੇ ਮਾਰਕਸ ਤੁਹਾਡੇ ਬੈਂਡ ਸਕੋਰ ਟਾਸਕ 1 ਦੇ ਵਿੱਚ ਲਗਾ ਦਿੱਤੇ ਜਾਂਦੇ ਆ। ਠੀਕ ਹੈ, ਸਮਰੀ ਜੋ ਹੁੰਦੀ ਆਪਾਂ ਪਹਿਲਾਂ ਦਿੰਦੇ ਹਾਂ ਸਟੋਰੀ ਤੋਂ, ਬਾਅਦ 'ਚ ਆਪਾਂ ਸਟੋਰੀ ਸੁਣਾਉਂਦੇ ਹਾਂ ਸਾਰੀ। ਓਵਰਆਲ ਇਟ ਇਜ਼ ਕਲੀਅਰ ਦੈਟ ਅਮਾਊਂਟ ਆਫ ਸੈਲਰੀ ਫੋਰ ਟੀਚਰਸ, ਟੀਚਰਸ ਦੀ ਜਿਹੜੀ ਸੈਲਰੀ ਸੀ ਨਾ ਲਗਜ਼ਮਬਰਗ ਦੇ ਵਿੱਚ ਵਾਜ਼ ਦਾ ਬਿਗੈਸਟ ਵਨ। ਮਤਲਬ ਕਿ ਲਗਜ਼ਮਬਰਗ ਦੇ ਵਿੱਚ ਸੈਲਰੀ ਕੀ ਸੀ? 80,000, ਸਭ ਤੋਂ ਜ਼ਿਆਦਾ। ਅਤੇ ਘੱਟ ਕਿਹਦੇ ਵਿੱਚ ਸੀ? ਵਾਇਲ ਦਾ ਲੋਐਸਟ ਵਾਜ਼ ਇਨ ਜਪਾਨ, ਜਪਾਨ ਵਿੱਚ ਸਭ ਤੋਂ ਘੱਟ ਸੀ ਨਾ, ਇੱਥੇ ਜਪਾਨ ਆਉਣਾ ਸੀ। ਠੀਕ ਹੈ, ਲੱਗ ਗਿਆ ਪਤਾ। ਬਟ ਇੱਕ ਗੱਲ ਦਾ ਧਿਆਨ ਰੱਖਿਓ, ਜਦੋਂ ਤੁਸੀਂ EST ਵਰਡ ਯੂਜ਼ ਕਰਦੇ ਹੋ ਨਾ, ਲੋਐਸਟ, EST ਮਤਲਬ ਬਿਗੈਸਟ, ਲੋਐਸਟ, ਹਾਈਐਸਟ, ਇਹਨਾਂ ਦੇ ਨਾਲ ਹਮੇਸ਼ਾ ਦਾ ਆਉਣਾ ਹੀ ਆਉਣਾ ਇਸ ਤੋਂ ਪਹਿਲਾਂ। ਠੀਕ ਹੈ, EST ਕਿਉਂਕਿ ਇਹ ਸੁਪਰਲੇਟਿਵ ਡਿਗਰੀ ਹੁੰਦੀ ਹੈ, ਸੁਪਰਲੇਟਿਵ ਡਿਗਰੀ ਤੋਂ ਪਹਿਲਾਂ ਦਾ ਆਉਂਦਾ ਵੈ।
ਲੱਗ ਗਿਆ ਪਤਾ। ਓਕੇ ਜੀ, ਹੁਣ ਆਪਾਂ ਇਹਦਾ BP 1 ਕਰੀਏ। ਗਾਈਸ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ, ਸਪੈਸ਼ਲ ਔਫਰ ਚੱਲਦੀ ਪਈ ਹੈ 1 ਅਪ੍ਰੈਲ ਤੱਕ ਬਿਕੋਜ਼ ਆਫ ਗੁੱਡ ਫਰਾਈਡੇ ਐਜ਼ ਵੈਲ ਐਜ਼ ਈਸਟਰ। 29 ਮਾਰਚ ਨੂੰ ਗੁੱਡ ਫਰਾਈਡੇ ਹੈ, ਪਲੱਸ 31 ਨੂੰ ਈਸਟਰ ਹੈ, ਸੋ ਦੈਟਸ ਵਾਈ ਮੈਂ ਫੀਸ ਦੇ ਵਿੱਚ ਸਪੈਸ਼ਲ ਡਿਸਕਾਊਂਟ ਦੇ ਰਹੀ ਹਾਂ। ਅਗਰ ਤੁਸੀਂ ਆਪਣੀ ਕਲਾਸਿਸ ਜੁਆਇਨ ਕਰਦੇ ਹੋ, ਦੈਨ 1 ਅਪ੍ਰੈਲ ਤੱਕ ਤੁਹਾਨੂੰ ਸਪੈਸ਼ਲ ਡਿਸਕਾਊਂਟ ਮਿਲ ਸਕਦਾ ਵੈ। ਤੁਸੀਂ ਕੰਟੈਕਟ ਕਰ ਸਕਦੇ ਹੋ ਔਨ ਮਾਈ ਗਿਵਨ ਨੰਬਰ। ਲਿਸਨਿੰਗ ਦਾ ਮੋਡਿਊਲ ਅਸੀਂ ਪ੍ਰੋਵਾਈਡ ਹੀ ਨਹੀਂ ਕਰਦੇ, ਨਾ ਹੀ ਅਸੀਂ ਤੁਹਾਡੇ ਕੋਲੋਂ ਲਵਾਂਗੇ ਫੀਸ, ਜਸਟ ਰੀਡਿੰਗ, ਰਾਈਟ ਐਂਡ ਸਪੀਕਿੰਗ, ਅਤੇ ਇਹਦੇ 'ਤੇ ਹੀ ਤੁਹਾਨੂੰ ਡਿਸਕਾਊਂਟ ਮਿਲ ਜਾਣਾ ਵੈ। ਓਕੇ ਜੀ, ਹੁਣ ਆਪਾਂ ਸਟਾਰਟ ਕਰਦੇ ਹਾਂ BP 1। ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ, ਸਲੋਟਸ ਓਪਨ ਹੈ। ਐਨਾਲਾਈਜ਼ਿੰਗ ਦਾ ਟੇਬਲੋ ਚਾਰਟ ਇਨ ਡਿਟੇਲ। ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਸਟਾਰਟਿੰਗ ਦੇ ਵਿੱਚ ਕੀ ਲਿਖੋ, ਜੀਰੰਡ। ਜੀਰੰਡ ਮਤਲਬ ਵਰਬ ਦੀ ਫਸਟ ਫੋਰਮ ਪਲੱਸ ING, ਇਹਦੇ ਨਾਲ ਇੰਪ੍ਰੈਸ਼ਨ ਅੱਛਾ ਪੈਂਦਾ ਵੈ। ਟੈਬਲੋ ਚਾਰਟ ਇਨ ਡਿਟੇਲ, ਧਿਆਨ ਨਾਲ ਦੇਖੋ, ਇੱਥੇ ਮੈਂ ਕੀ ਲਿਖਿਆ ਸੀ, ਟੇਬਲ, ਇਸ ਕਰਕੇ ਮੈਂ ਇੱਥੇ ਕਰ ਦਿੱਤਾ ਟੈਬੂਲਰ ਚਾਰਟ। ਯੂਰਪੀਅਨ ਕੰਟਰੀਜ਼, ਠੀਕ ਹੈ, ਯੂਰਪੀਅਨ ਕੰਟਰੀਜ਼ ਨੂੰ ਆਪਾਂ ਕਹਿ ਦਿੱਤਾ ਲਗਜ਼ਮਬਰਗ ਅਤੇ ਡੈਨਮਾਰਕ। ਵਿੱਚ ਵਰ, ਵਰ ਮਤਲਬ ਜ਼ਿਆਦਾ ਦੀ ਆਪਾਂ ਗੱਲ ਕਰਾਂਗੇ, ਇੱਕ ਲਗਜ਼ਮਬਰਗ ਹੋਗੀ, ਇੱਕ ਆਲਸੋ ਡੈਨਮਾਰਕ ਹੋਗੀ। ਹੈਡ, ਡਾਟਾ ਆਪਣੇ ਕੋਲ ਪਾਸਟ ਦਾ ਵੈ ਨਾ, 2009, ਇਸ ਕਰਕੇ ਆਪਾਂ ਲਿਖਿਆ ਹੈਡ। ਕੌਨਸੀਡਰੇਬਲ ਡਿਫਰੈਂਸ, ਕਿ ਇਹਨਾਂ ਦੇ ਵਿੱਚ ਕਾ ਜ਼ਿਆਦਾ ਡਿਫਰੈਂਸ ਹੈ ਈਚ ਅਦਰ। ਫਸਟ ਆਫ ਆਲ, ਡੈਨਮਾਰਕ ਦੇ ਵਿੱਚ ਸਟਾਰਟਿੰਗ ਸੈਲਰੀ ਕਿੰਨੀ ਸੀ, 47,000। ਸਟਾਰਟਿੰਗ ਸੈਲਰੀ ਕਿੰਨੀ ਸੀ ਡੈਨਮਾਰਕ ਦੇ ਵਿੱਚ, 47,000, ਅਤੇ ਲਗਜ਼ਮਬਰਗ ਦੇ ਵਿੱਚ ਕਿੰਨੇ ਸੀ, 80,000। ਠੀਕ ਹੈ, ਆਫਟਰ 15 ਈਅਰਸ ਇਟ ਵਾਜ਼ ਇੰਕਰੀਜ਼ਡ ਲਾਈਕ 54,000। ਡੈਨਮਾਰਕ ਦੇ ਵਿੱਚ ਸਟਾਰਟਿੰਗ ਸੈਲਰੀ 47 ਸੀ, ਅਤੇ 15 ਸਾਲ ਦੇ ਬਾਅਦ ਕਿੰਨੀ ਹੋ ਗਈ, 54,000। ਧਿਆਨ ਨਾਲ ਦੇਖੋ, 15 ਸਾਲ ਦੇ ਬਾਅਦ ਕਿੰਨੀ ਹੋ ਗਈ, 54,000। ਠੀਕ ਹੈ, ਫਿਰ ਅੱਗੇ ਆ ਗਿਆ ਆਪਣੇ ਕੋਲ ਫਰਦਰ ਮੋਰ। ਲਗਜ਼ਮਬਰਗ ਦੇ ਵਿੱਚ ਸ਼ੋਡ ਬਿਗੈਸਟ ਨੰਬਰਸ, ਬਿਗੈਸਟ ਨੰਬਰਸ ਸ਼ੋ ਕੀਤੇ ਗਏ ਹਰੇਕ ਕੈਟਾਗਰੀ ਦੇ ਵਿੱਚ। ਹਰੇਕ ਕੈਟਾਗਰੀ ਮਤਲਬ ਸਟਾਰਟਿੰਗ ਵਿੱਚ ਵੀ, 15 ਸਾਲ ਬਾਅਦ ਵੀ, ਮੈਕਸੀਮਮ, ਸਮਝ ਲੈ ਗਈ, ਐਸ ਕੰਪੇਅਰ ਟੂ ਅਦਰਸ। ਅਦਰਸ ਮਤਲਬ ਆਸਟ੍ਰੇਲੀਆ, ਡੈਨਮਾਰਕ, ਕੋਰੀਆ, ਜਪਾਨ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਜਿਹੜੀ ਸੈਲਰੀਜ਼ ਨਾ ਟੀਚਰਸ ਨੂੰ, ਉਹ ਲਗਜ਼ਮਬਰਗ ਦੇ ਵਿੱਚ ਦਿੱਤੀ ਜਾਂਦੀ ਸੀ। ਠੀਕ ਹੈ, ਮੈਕਸੀਮਮ ਵਿੱਚ ਵੀ ਸਭ ਤੋਂ ਜ਼ਿਆਦਾ ਸੈਲਰੀ 15 ਸਾਲਾਂ ਬਾਅਦ ਵੀ ਲਗਜ਼ਮਬਰਗ ਵਿੱਚ ਹੀ ਜ਼ਿਆਦਾ ਇੰਕਰੀਜ਼ ਹੋਈ ਹੈ, ਅਤੇ ਲਗਜ਼ਮਬਰਗ ਦੇ ਵਿੱਚ ਸਟਾਰਟਿੰਗ ਸੈਲਰੀ ਵੀ ਬਹੁਤ ਜ਼ਿਆਦਾ ਸੀ। ਓਕੇ ਜੀ, ਇਨੀਸ਼ੀਅਲ ਸੈਲਰੀ ਸੀ ਉੱਥੇ 80,000, ਆਹ ਲਿਖਿਆ 80,000। ਆਫਟਰ 15 ਈਅਰਸ ਇਟ ਵਾਜ 1,12,000, ਆ ਲਿਖਿਆ 1,12,000 15 ਈਅਰਸ। ਫਿਰ ਲਿਖਿਆ ਮੈਕਸੀਮਮ ਵਾਜ, ਮੈਕਸੀਮਮ ਉੱਥੇ ਕਿੰਨੀ ਹੈਗੀ ਸੀ, 139,000, 139,000, ਸਮਝ ਲੱਗ ਗਈ। ਬਟ, ਬਟ ਮਤਲਬ ਪਰ, 30 ਸਾਲ ਲੱਗੇ ਟੁੱਕ ਟੂ ਰੀਚ ਸੈਲਰੀ ਔਨ ਪੀਕ ਪੁਆਇੰਟ, ਬਟ 30 ਸਾਲ ਲੱਗ ਗਏ ਸੀ ਸੈਲਰੀ ਪੀਕ ਪੁਆਇੰਟ ਤੱਕ ਪਹੁੰਚਣ ਦੇ ਲਈ, ਆਹ ਲੱਗ ਗਿਆ, ਕਿਉਂਕਿ ਆਪਾਂ ਟਾਈਮ ਵੀ ਦੱਸਣਾ ਨਾ ਕਿੰਨਾ ਲੱਗਿਆ। ਠੀਕ ਹੈ, ਫਿਰ ਅੱਗੇ ਆ BP 2। BP 2 ਦੀ ਵੀ ਸਟਾਰਟਿੰਗ ਤੁਸੀਂ ਜੀਰਨ ਤੋਂ ਕਰ ਸਕਦੇ ਹੋ, ਲਾਈਕ ਟਰਨਿੰਗ ਟੂ ਦਾ ਰਿਮੇਨਿੰਗ ਡਾਟਾ। ਠੀਕ ਹੈ, ਟਰਨਿੰਗ, ਟਰਨ, ਟਰਨ, ਟਰਨ ਵਰਬ ਦੀ ਫਸਟ ਫੋਰਮ ਨਾਲ ING ਲਗਾ ਦਿੱਤਾ। ਰਿਮੇਨਿੰਗ ਡਾਟਾ ਮਤਲਬ ਜੋ ਡਾਟਾ ਆਪਣਾ ਹੁਣ ਰਹਿ ਗਿਆ ਵਾ, ਆਪਾਂ ਕਿਹੜਾ ਕਿਹੜਾ ਯੂਜ਼ ਕਰ ਲਿਆ, ਇਨ ਡੈਨਮਾਰਕ ਅਤੇ ਲਗਜ਼ਮਬਰਗ, ਬਾਕੀ ਆਪਣਾ ਰਹਿ ਗਿਆ। ਧਿਆਨ ਨਾਲ ਦੇਖੋ, ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜਾ ਕੋਰੀਆ ਐਂਡ ਜਪਾਨ ਹੈ, ਹੈਡ ਦਾ ਲੋਵੈਸਟ ਸੈਲਰੀਜ਼। ਲੋਵੈਸਟ ਸੈਲਰੀ ਸੀ ਕੋਰੀਆ ਐਂਡ ਜਪਾਨ ਦੇ ਵਿੱਚ। ਲੋਵੈਸਟ ਸੈਲਰੀ ਮਤਲਬ ਟੀਚਰਸ ਦੇ ਵਿੱਚ ਵਰ 30,500, 28,000 ਰਿਸਪੈਕਟਿਵਲੀ, 30,500, 28,000,
ਤੁਸੀਂ ਕਹੋਗੇ ਮੈਡਮ ਤੁਸੀਂ ਆਸਟ੍ਰੇਲੀਆ ਦਾ ਰਿਪ੍ਰਜੈਂਟ ਨਹੀਂ ਕੀਤਾ, ਆਸਟ੍ਰੇਲੀਆ ਦਾ ਇੱਕ ਸਿਰਫ ਇੱਕ ਕੰਟਰੀ ਦਾ ਮੈਂ ਤੁਹਾਡੇ ਲਈ ਛੱਡਿਆ ਵਾ ਕਿ ਤੁਸੀਂ ਕਿੱਦਾਂ ਲਿਖਦੇ ਹੋ ਆਸਟ੍ਰੇਲੀਆ ਦਾ, ਠੀਕ ਹੈ, ਇਹ ਸਿਰਫ ਇੱਕ ਮੈਂ ਤੁਹਾਡੇ ਲਈ ਛੱਡਿਆ ਵਾ, ਬਿਕੋਜ਼ ਆਈ ਵਾਂਟ ਟੂ ਨੋ ਕਿ ਡੈਨਮਾਰਕ, ਲਗਜ਼ਮਬਰਗ, ਕੋਰੀਆ ਐਂਡ ਜਪਾਨ ਦਾ ਤੁਹਾਨੂੰ ਇੱਕ ਵਾਰੀ ਮੈਂ ਸਟਰਕਚਰ ਦੱਸ ਦਿੱਤਾ, ਸੈਂਪਲ ਦੱਸ ਦਿੱਤਾ ਕਿ ਹਾਂ ਤੁਸੀਂ ਇੱਦਾਂ ਲਿਖ ਸਕਦੇ ਹੋ। ਹੁਣ ਆਸਟ੍ਰੇਲੀਆ ਦਾ ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਲਾਈਨ ਬਣਾ ਸਕਦੇ ਹੋ, ਕਿ ਉਹਦੀ ਸਟਾਰਟਿੰਗ ਇੰਨੀ ਸੀ ਆਸਟ੍ਰੇਲੀਆ ਦੇ ਵਿੱਚ, 15 ਸਾਲਾਂ ਬਾਅਦ ਇੰਨੀ ਹੋ ਗਈ, ਮੈਕਸੀਮਮ ਇੰਨੀ ਸੀ, ਅਤੇ ਕਿੰਨੇ ਸਾਲ ਲੱਗੇ, ਬਸ ਇੰਨਾ ਹੀ ਲਿਖਣਾ ਮੈਂ। ਤੁਸੀਂ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਮੇਰੇ ਕਹਿਣ 'ਤੇ, ਠੀਕ ਹੈ, ਇੱਕ ਵਾਰੀ 3-4 ਲਾਈਨਾਂ ਲਿਖ ਕੇ ਜ਼ਰੂਰ ਵੇਖਿਓ। ਅਗਰ ਤੁਸੀਂ ਸਹੀ ਕਰਵਾਉਣਾ ਚਾਹੁੰਦੇ ਹੋ ਕਿ ਲਾਈਨਾਂ ਕਿੱਥੇ ਸਹੀ ਹੈ, ਕਿੱਥੇ ਅਸੀਂ ਗਲਤ ਆ, ਕੀ ਸਾਡੀ ਮਿਸਟੇਕ ਹੈ, ਕਮੈਂਟ ਬੋਕਸ ਵਿੱਚ ਹੀ ਟਾਈਪ ਕਰ ਦਿਓ, ਮੈਂ ਤੁਹਾਡੇ ਉੱਥੇ ਚੈੱਕ ਕਰ ਦੂੰਗੀ। ਐਟ ਦਾ ਲੋਵੈਸਟ ਸੈਲਰੀਜ਼ ਆਫ ਟੀਚਰਸ ਵਿੱਚ ਵਰਕ ਕਿੰਨੀ ਸੀ, 30,500, 28,000, 30,500 ਕਿਹਦੀ ਸੀ, ਕੋਰੀਆ ਦੀ, ਹਾਂਜੀ 30,500 ਕੋਰੀਆ ਦੀ, ਅਤੇ ਜਪਾਨ ਦੀ ਕਿੰਨੀ ਸੀ, 28,000, ਠੀਕ ਹੈ, ਉਹ ਆਪਾਂ ਇੱਥੇ ਲਿਖ ਦਿੱਤਾ, ਇਸੇ ਕਰਕੇ ਲਿਖਿਆ ਰਿਸਪੈਕਟਿਵਲੀ, ਠੀਕ ਹੈ, ਜਦੋਂ ਸੀਕੁਐਂਸ ਬਣ ਜਾਂਦਾ ਹੈ। ਬਟ ਆਫਟਰ 15 ਈਅਰਸ 52,600 ਸੈਲਰੀ ਔਫ ਫੈਕਿਲਿਟੀਜ਼, ਫੈਕਿਲਿਟੀਜ਼ ਕਿਹਾ ਜਾਂਦਾ ਹੈ ਟੀਚਰ ਨੂੰ, ਠੀਕ ਹੈ, ਵਾਜ਼ ਇਨ ਕੋਰੀਆ, ਕੋਰੀਆ ਦੇ ਵਿੱਚ ਜਿਹੜੀ 52,600 ਸੈਲਰੀ ਸੀ ਫੈਕਿਲਿਟੀਜ਼ ਦੀ 15 ਸਾਲ ਦੇ ਬਾਅਦ, ਆ ਲਿਖਿਆ 52,600 ਸੈਲਰੀ ਕੋਰੀਆ ਦੇ ਵਿੱਚ, ਜਪਾਨ ਦੇ ਵਿੱਚ ਕਿੰਨੀ ਸੀ, 49,000, ਆ ਲਿਖਿਆ ਵੇਅਰ ਐਜ਼ ਮਤਲਬ ਇਸ ਦੇ ਉਲਟ, ਜਦੋਂ ਆਪਾਂ ਉਲਟ ਗੱਲ ਕਰਨੀ ਹੁੰਦੀ ਨਾ, ਲਾਈਕ ਹਾਊ ਐਵਰ, ਵਾਈਲ, ਜਦ ਕੀ, ਵੇਅਰ ਐਜ਼, ਜਦ ਕੀ, ਠੀਕ ਹੈ, ਉਦੋਂ ਆਪਾਂ ਵੇਅਰ ਐਜ਼ ਯੂਜ਼ ਕਰਦੇ, ਇੱਥੇ ਤੁਸੀਂ ਵਾਈਲ ਵੀ ਯੂਜ਼ ਕਰ ਸਕਦੇ ਸੀ, ਹਾਊ ਐਵਰ ਵੀ। ਹੁਣ ਕੋਰੀਆ ਤੋਂ ਉਲਟ ਆਪਾਂ ਜਪਾਨ ਦੀ ਗੱਲ ਕਰਨ ਲੱਗੇ ਹਾਂ, ਜਪਾਨ ਵਿੱਚ 49,000 ਮੈਕਸੀਮਮ ਲਿਮਿਟ ਕਿੰਨੀ ਸੀ ਪੇਮੈਂਟ ਦੀ, ਵਾਜ਼ 84,500 ਇਨ ਕੋਰੀਆ, ਆਵੇ ਲਿਖਿਆ 84,500 ਇਨ ਕੋਰੀਆ, ਜਪਾਨ ਦੇ ਵਿੱਚ 62,400 ਐਂਡ 62,400 ਇਨ ਜਪਾਨ, ਲਾਸਟ ਇਨ ਲਾਸਟ, ਸਭ ਤੋਂ ਲਾਸਟ ਦੇ ਵਿੱਚ, ਇਨ ਦਾ ਲਾਸਟ ਬੋਥ ਕੰਟਰੀਜ਼ ਨੇ, ਮਤਲਬ ਕੋਰੀਆ ਐਂਡ ਜਪਾਨ ਨੇ ਕਿੰਨੇ ਸਾਲ ਲਿੱਤੇ ਸੈਲਰੀ ਇਨਕਰੀਜ਼ ਹੋਣ ਦੇ ਵਿੱਚ, ਟੁੱਕ ਅਰਾਊਂਡ, ਦੋਨਾਂ ਨੂੰ ਲਿਖ ਦਿੱਤਾ ਆਪਾਂ, ਅਰਾਊਂਡ 35 ਈਅਰਸ, ਟੁੱਕ ਅਰਾਊਂਡ 35 ਈਅਰਸ ਟੂ ਇਨਕਰੀਜ਼ ਦਾ ਸੈਲਰੀ, ਠੀਕ ਹੈ। ਹਾਂਜੀ ਗਾਈਸ, ਮੇਰਾ ਇਹ ਵਾਲਾ ਤੁਹਾਨੂੰ ਅੱਜ ਦਾ ਟਾਸਕ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਬੋਕਸ ਵਿੱਚ ਜ਼ਰੂਰ ਦੱਸਿਓ। ਇੱਕ ਗੱਲ ਹੋਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ, ਬਿਕੋਜ਼ ਅੱਜ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਟਾਸਕ 2 ਸਮਝਾਉਂਗੀ ਕਿ ਤੁਸੀਂ ਕਿਸ ਤਰ੍ਹਾਂ ਲਿਖ ਸਕਦੇ ਸੀ। ਇਸੇ ਤਰ੍ਹਾਂ ਹੀ ਹੋਰ ਜ਼ਿਆਦਾ ਕਈ ਸੈਂਪਲ ਆਨਸਰ ਲੈਣ ਦੇ ਲਈ, ਜਿਹੜੇ ਫਿਊਚਰ ਦੇ ਵਿੱਚ IELTS ਪੇਪਰ ਹੋਣੇ ਹੈ, ਟਾਸਕ 1, ਟਾਸਕ 2, ਰੀਡਿੰਗ ਦਾ ਮਤਲਬ ਕਿ ਕੰਪਲੀਟ ਸੋਲਿਊਸ਼ਨ, ਰੀਡਿੰਗ ਦਾ ਕੰਪਲੀਟ ਪੈਸੇਜ ਕਿ ਪੇਪਰ ਦੇ ਵਿੱਚ ਕਿਹੜਾ ਆਇਆ ਵਾ, ਕਿੱਦਾਂ ਸੋਲਵ ਕਰਨਾ ਸੀ, ਮੈਨੇ ਸਾਰਾ ਕੁਛ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਰਿਆ ਕਰਨਾ ਮੈਂ, ਰੀਡਿੰਗ ਦੇ ਟਿਪਸ ਐਂਡ ਟ੍ਰਿਕਸ, ਆਇਲਸ ਦੇ ਟ੍ਰਿਪਸ ਐਂਡ ਟ੍ਰਿਕਸ ਦੇ ਨਾਲ। ਸੋ ਮਸਟ ਸਬਸਕ੍ਰਾਈਬ ਆਇਲਟਸ ਵਿਦ ਸੋਫੀਆ। ਮੈਨੂੰ ਇਹ ਹੈ ਕਿ ਤੁਹਾਡੇ ਰੀਅਲ ਇਗਜ਼ਾਮ ਦਾ, ਜੋ ਰੀਅਲ ਇਗਜ਼ਾਮ ਦੇ ਵਿੱਚ ਪੇਪਰ, ਜੋ ਰੀਅਲ ਇਗਜ਼ਾਮ ਦੇ ਵਿੱਚ ਮਟੀਰੀਅਲ ਆਉਂਦਾ ਵਾ ਨਾ, ਉਹ ਮਟੀਰੀਅਲ ਦਾ ਕਿੱਦਾਂ ਸੋਲਵ ਕਰਨਾ ਸੀ, ਉਸ ਮਟੀਰੀਅਲ ਨੂੰ ਕਿੱਦਾਂ ਲਿਖਣਾ ਸੀ, ਉਹ ਤੁਹਾਨੂੰ ਘਰ ਬੈਠ ਕੇ ਹੀ ਪਤਾ ਲੱਗ ਜਾਵੇ, ਠੀਕ ਹੈ, ਇਗਜ਼ਾਮ ਲੈਵਲ ਦੇ ਅਕੋਰਡਿੰਗ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ, ਗੋਡ ਬਲੈਸ ਯੂ। ਬਟ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਬਿਲਕੁਲ ਨਾ ਭੁੱਲਿਓ, ਡਿਸਕਾਊਂਟ ਜਸਟ 1 April ਤੱਕ ਹੈ। ਓਕੇ ਜੀ, ਗੋਡ ਬਲੈਸ ਯੂ ਮੋਰ ਐਂਡ ਮੋਰ। ਬਹੁਤ ਜਲਦੀ ਹੀ ਇੱਕ ਵੀਡੀਓ ਮੈਂ ਪ੍ਰੋਵਾਈਡ ਕਰਾਂਗੀ ਤੁਹਾਨੂੰ, ਜਿਸ ਦੇ ਵਿੱਚ ਮੈਂ ਡੈਮੋ ਵੀ ਦੇਵਾਂਗੀ ਕਲਾਸਿਸ ਦਾ, ਮੇ ਬੀ ਉਹ ਸਟਾਰਟ ਹੋਏਗਾ ਡੈਮੋ 1 April ਦੇ ਵਿੱਚ।